ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਰੂਰੀ ਬੇਨਤੀਆਂ 27 ਜੁਲਾਈ ਦਰਸ਼ਨੀਵਾਰ ਨੂੰ ਸਮਾਂ 9:30 ਵਜੇ ਤੋਂ ਲੈ ਕੇ ਰਾਤ 8:00 ਵਜੇ ਤੱਕ ਗੁਰਦੁਆਰਾ ਖਾਲਸਾ ਦਵਾਨ ਵਿਖੇ ਗੁਰਮਤ ਸਵਰ ਕੈਂਪਲ ਖਾਲਸਾ ਦਵਾਨ ਵਿਖੇ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਬੱਚਿਆਂ ਨੂੰ ਬਹੁਤ ਹੀ ਸਾਰੀਆਂ ਧਾਰਮਿਕ ਅਤੇ ਮਨੋਰੰਜਕ ਗਤੀਵਿਧੀਆਂ ਕਰਵਾਈਆਂ ਜਾਣਗੀਆਂ ਵਿਸ਼ੇਸ਼ ਤੌਰ ਤੇ ਸਲਮਾਨ ਅਤੇ ਰੀਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਜਾਵੇਗਾ ਸੋ ਇਸ ਦਿਨ ਵੱਧ ਤੋਂ ਵੱਧ ਬੱਚਿਆਂ ਨੂੰ ਗੁਰੂ ਘਰ ਲੈ ਕੇ ਆਉਣਾ ਸੋ ਦੂਸਰੀ ਬੇਨਤੀ ਕੱਲ ਨੂੰ ਸੋਮਵਾਰ 22 ਜੁਲਾਈ ਗੁਰੂ ਘਰ ਵਿਖੇ ਸਾਰੇ ਇਹ ਪਾਣੀ ਦੀਆਂ ਸੁਆਵਾਂ ਜੋ ਪਾਣੀ ਆ ਆਪਣਾ ਗੁਰੂ ਘਰ ਵਿਖੇ ਆਉਂਦਾ ਟੂਟਕਾਂ ਵਿੱਚ ਵੀ ਆਪਾਂ ਵਰਤਦੇ ਆਂ ਜਾਂ ਟਾਇਲਟਾਂ ਦੇ ਵਿੱਚ ਪਾਣੀ ਆਉਂਦਾ ਸੋ ਉਹ ਸੁਬਾ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਬੰਦ ਰਹੇਗਾ ਅਸੀਂ ਕੋਸ਼ਿਸ਼ ਕਰਾਂਗੇ ਕਿ ਹੋਰ ਪਾਣੀ ਦਾ ਐਕਸਟਰਾ ਅਸੀਂ ਟੱਬ ਭਰ ਕੇ ਜਾਂ ਕੋਈ ਵਾਧੂ ਉਹਦਾ ਅਰੇਂਜਮੈਂਟ ਕਰੀਏ ਪਰ ਫਿਰ ਵੀ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਪਾਣੀ ਆ ਸੰਕੋਜ ਨਾਲ ਵਰਤਿਆ ਜਾਵੇ ਕਿਉਂਕਿ ਪਾਣੀ ਦੀ ਬਹੁਤ ਜ਼ਰੂਰਤ ਹੈ 8 ਵਜੇ ਤੋਂ ਲੈ ਕੇ 4 ਵਜੇ ਤਾਈਂ ਸਾਰਾ ਪਾਣੀ ਬੰਦ ਹੋਵੇਗਾ ਕਿ ਸੰਗਤਾਂ ਨੂੰ ਬੇਨਤੀ ਹੈ ਕਿ ਪਾਣੀ ਨੂੰ ਕੋਚਕੇ ਵਰਤਨ ਜਿੱਥੇ ਵੀ ਭਰ ਕੇ ਰੱਖਿਆ ਜਾਵੇਗਾ ਸੋ ਇਹ ਬੇਨਤੀ ਪ੍ਰਵਾਨ ਕਰਨੀ ਸੋ ਮੰਗਲਵਾਰ 23 ਜੁਲਾਈ ਨੂੰ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਆਪਣੀ ਜੋ ਮਸ਼ੀਨਰੀ ਲੰਗਰ ਦੇ ਵਿੱਚ ਲੱਗੀ ਹੋਈ ਹੈ ਗੈਸ ਚੁੱਲ੍ਹੇ ਹਨ ਉੱਪਰ ਆਪਣੇ ਜੋ ਐਕਜੈਕਟ ਫੈਨ ਹਨ ਸੋ ਉਹ ਜੋ ਮੈਨੇਜਮੈਂਟ ਵਾਲੇ ਜਿਨ੍ਹਾਂ ਕੋਲੇ ਆਪਣਾ ਠੇਕਾ ਹੈ ਉਹਨਾਂ ਨੇ ਉਹਨੂੰ ਸਾਫ਼ ਕਰਨਾ ਆਉਣਾ ਹੈ ਸੋ ਉਹ ਕਾਫੀ ਕੈਮੀਕਲਸ ਵਰਤਦੇ ਹੈ ਸੋ ਆਪਣੀ ਸੰਗਤ ਨੂੰ ਬੇਨਤੀ ਹੈ ਕਿ ਅਸੀਂ ਲੰਗਰ ਪਹਿਲਾਂ ਪਹਿਲਾਂ ਤਿਆਰ ਕਰ ਲਾਂਗੇ ਕੋਈ ਵੀ ਉੱਥੇ ਜਾ ਕੇ ਇਨਕਰਪਟ ਨਾ ਕਰੇ ਉਹ ਆਪਣਾ ਕੰਮ ਕਰ ਰਹੇ ਹੋਣਗੇ ਸੋ ਰਸੋਈ ਵਿੱਚ ਜਾਣ ਦੀ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਕਿਸੇ ਨੂੰ ਇਜਾਜ਼ਤ ਨਹੀਂ ਹੋਵੇਗੀ ਸੋ ਇਹ ਬੇਨਤੀ ਵੀ ਪ੍ਰਵਾਨ ਕਰਨੀ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਬਾਕੀ ਲੰਗਰ ਦੇ ਵਿੱਚ ਸੇਵਾਦਾਰਾਂ ਨੂੰ ਬੇਨਤੀ ਹੈ ਕਿ ਜਦੋਂ ਇੱਥੇ ਸਮਾਪਤੀ ਹੁੰਦੀ ਹੈ ਜਰੂਰ ਜਾ ਕੇ ਲੰਗਰ ਦੇ ਵਿੱਚ ਸਵਾਮ ਵਾਰ ਨਿਭਾਇਆ ਕਰੋ ਕਿਉਂਕਿ ਕਾਫੀ ਲੰਗਰ ਦੇ ਵਿੱਚ ਆਈਟਮਾਂ ਬਣੀਆਂ ਹੁੰਦੀਆਂ ਹਨ ਉਹ ਵਰਤੋਂ ਪੱਖੋਂ ਹੀ ਰਹਿ ਜਾਂਦੀਆਂ ਹਨ ਸੋ ਜਿਨ੍ਹਾਂ ਪਾਸ ਵੀ ਸਮਾਂ ਹੁੰਦਾ ਅੱਧਾ ਪੌਣਾ ਘੰਟਾ ਕੱਟ ਕੇ ਜਰੂਰ ਲੰਗਰ ਦੇ ਵਿੱਚ ਸੇਵਾ ਕਰਿਆ ਕਰੋ ਬਾਕੀ ਜਦੋਂ ਆਪਾਂ ਇੱਥੋਂ ਜਾਣਦੇ ਆਂ ਦਵਾਨ ਵਿੱਚ ਜਾ ਕੇ ਉੱਥੇ ਲੰਗਰ ਹਾਲ ਦੇ ਵਿੱਚ ਆਪਾਂ ਇੱਥੋਂ ਜਾ ਕੇ ਖੜ ਜਾਂਦੇ ਆਂ ਖੜ ਕੇ ਕਈ ਵਾਰੀ ਚਾਹ ਪਾਣੀ ਛਕਣ ਲੱਗ ਪੈਂਦੇ ਆਂ ਸੋ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਹੈ ਕਿ ਲੰਗਰ ਹਾਲ ਵਿੱਚ ਖੜ ਕੇ ਗੱਲਾਂ ਨਹੀਂ ਕਰਨੀਆਂ ਜੇ ਕਿਸੇ ਨੇ ਗੱਲਾਂ ਕਰਨੀਆਂ ਤਾਂ ਬਾਹਰਲੇ ਪਾਸੇ ਲੌਬੀ 'ਚ ਆ ਕੇ ਜਾਂ ਮਗਰਲੇ ਪਾਸੇ ਜਿੱਥੇ ਆਪਣੇ ਲੋਕਰ ਪਏ ਆ ਉੱਥੇ ਤੁਸੀਂ ਗੱਲਾਂ ਬਾਤਾਂ ਕਰ ਰਹੇ ਆਂ ਕਰ ਸਕਦੇ ਹੋ ਸੋ ਇੰਨੀ ਬੇਨਤੀਆਂ ਪ੍ਰਵਾਨ ਕਰਿਓ ਬਾਕੀ ਇੱਕ ਹੋਰ ਸਾਨੂੰ ਕੰਪਲੇਂਟ ਆਈ ਹੈ ਕਿ ਜਦੋਂ ਆਪਾਂ ਕਾਰ ਪਾਰਕ ਦੇ ਐਂਟਰ ਕਰਦੇ ਆਂ ਖੱਬੇ ਪਾਸੇ ਮੋਟਰਸਾਈਕਲ ਵਾਸਤੇ ਜਗ੍ਹਾ ਬਣਾਈ ਹੈ ਸੋ ਦੂਸਰੇ ਪਾਸੇ ਸੱਜੇ ਪਾਸੇ ਜਿੱਧਰ ਉਹ ਗੱਡੀਆਂ ਨਿਕਲਦਿਆਂ ਕਾਫੀ ਵੀਰ ਮੋਟਰਸਾਈਕਲ ਵਾਲੇ ਆਉਂਦੇ ਹਨ ਉਹ ਮੋਟਰਸਾਈਕਲ ਨੂੰ ਉੱਥੇ ਹੀ ਖੜਾ ਕਰ ਦਿੰਦੇ ਹਨ ਉਹ ਜਦੋਂ ਕੋਈ ਗੱਡੀ ਪਾਰਕ ਚੋਂ ਨਿਕਲਦੀ ਹੈ ਜਾਂ ਉਹਨੂੰ ਟੱਚ ਕਰ ਗਈ ਤਾਂ ਉਹ ਸਕੂਟਰ ਦਾ ਜਾਂ ਮੋਟਰਸਾਈਕਲ ਦਾ ਨੁਕਸਾਨ ਵੀ ਹੋਵੇਗਾ ਤੇ ਗੱਡੀ ਦਾ ਵੀ ਨੁਕਸਾਨ ਹੋਵੇਗਾ ਸੋ ਫਿਰ ਤੁਸੀਂ ਸਾਡੇ ਕੋਲੇ ਆਓਗੇ ਕਿ ਸਾਡਾ ਇਹ ਕੀ ਹੋ ਗਿਆ ਜਾਂ ਕੀ ਕਰ ਗਏ ਦਾ ਸੋ ਬੇਨਤੀ ਹੈ ਕਿ ਮੋਟਰਸਾਈਕਲ ਵਾਲੀ ਜਗ੍ਹਾ ਜਿਹੜੀ ਜਿਉ ਫੁੱਲ ਹੈ ਖੱਬੇ ਪਾਸੇ ਵਾਲੀ ਤਾਂ ਫਿਰ ਤੁਸੀਂ ਆਪਣਾ ਆਟੋ ਪਾਸ ਲਾ ਕੇ ਅੰਦਰ ਸੇਫ ਜਗ੍ਹਾ ਤੇ ਖੜੇ ਕਰ ਦਿਓ ਸੱਜੇ ਪਾਸੇ ਵਾਲੇ ਪਾਸੇ ਪਾਰਕ ਚ ਤੁਸੀਂ ਮੋਟਰਸਾਈਕਲ ਖੜੇ ਨਾ ਕਰਿਆ ਕਰੋ ਇਹ ਬੇਨਤੀ ਵੀ ਪ੍ਰਵਾਨ ਕਰਨੀ ਸੋ ਆਉਣ ਵਾਲੇ ਜੋ ਹਫਤੇ ਦੇ ਪ੍ਰੋਗਰਾਮ ਹਨ ਅੱਜ ਸਿਊ ਸਾਹਿਬਾਨ ਦੀ ਸੰਗਤ ਵੱਲੋਂ ਸ਼੍ਰੀ ਸਾਹਿਬਾ ਜੀ ਪਾਠ ਆਰੰਭ ਹੋਏ ਜਿਨ੍ਹਾਂ ਦੇ ਭੋਗ 28 ਜੁਲਾਈ ਨੂੰ ਸਵੇਰੇ 8 ਵਜੇ ਪਾਏ ਜਾਣਗੇ 22 ਜੁਲਾਈ ਦਿਨ ਸੋਵਾਰ ਨੂੰ ਭਗਤ ਸਿੰਘ, ਜਸਪ੍ਰੀਤ ਸਿੰਘ, ਰਾਜਨਪ੍ਰੀਤ ਸਿੰਘ, ਮਨਦੀਪ ਸਿੰਘ ਅਤੇ ਬਾਬਾ ਸਿੰਘ ਵੱਲੋਂ ਸ੍ਰੀ ਜੈਪੜ ਦੇ ਭੋਗ ਸਵਾ 8 ਵਜੇ ਪਾਏ ਜਾਣਗੇ। 22 ਜੁਲਾਈ ਦਿਨ ਸੋਵਾਰ ਨੂੰ ਸਵਰਗਵਾਸੀ ਅਮਰ ਸਿੰਘ ਅਨਸ਼ੌਰਾ ਪਨੂਆ ਦੀ ਮਰਕਤ ਤਕ ਦੇ ਗੁਰਦੁਆਰਾ ਖਾਲਸਾ ਦਵਾਨ ਵਿਖੇ ਸਾਢੇ 12 ਵਜੇ ਲਿਆਂਦੀ ਜਾਵੇਗੀ। ਸੋ ਅਮਰ ਸਿੰਘ ਅਨਸ਼ੌਰਾ ਪਨੂਆ ਦਾ ਜਿਹੜਾ ਸੰਸਕਾਰ ਆ ਉਹ ਕੱਲ ਨੂੰ ਐ ਸਾਢੇ 12 ਵਜੇ ਉਹਨਾਂ ਦੀ ਡੈੱਡ ਬੋਡੀ ਇੱਥੇ ਗੁਰੂ ਘਰ ਵਿਖੇ ਲਿਆਂਦੀ ਜਾਵੇਗੀ। 23 ਜੁਲਾਈ ਦਿਨ ਮੰਗਲਵਾਰ ਨੂੰ ਰਮਨੀਤ ਕੌਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪੂਰੇ ਦਿਨ ਲਈ ਦੇਖ ਦੀ ਸੇਵਾ ਹੋਵੇਗੀ 23 ਜੁਲਾਈ ਦਿਨ ਮੰਗਲਵਾਰ ਨੂੰ ਭਾਈ ਜਗਤਾਰ ਸਿੰਘ ਪਰਿਵਾਰ ਵੱਲੋਂ ਸ੍ਰੀ ਸਹਿਜ ਪਾਠ ਦੇ ਭੋਗ ਸਵੇਰੇ 8 ਵਜੇ ਪਾਏ ਜਾਣਗੇ 23 ਜੁਲਾਈ ਦਿਨ ਵੀਰਵਾਰ ਨੂੰ ਸੰਦੀਪ ਸ਼ੇਖੜੀ ਪਰਿਵਾਰ ਵੱਲੋਂ ਸ੍ਰੀ ਖੰਡ ਪਾਠ ਸਾਹਿਬ ਸਵੇਰੇ 11 ਵਜੇ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ 25 ਜੁਲਾਈ ਨੂੰ ਸਵੇਰੇ 9 ਵਜੇ ਪਾਏ ਜਾਣਗੇ 25 ਜੁਲਾਈ ਦਿਨ ਵੀਰਵਾਰ ਨੂੰ ਸਵਰਗਵਾਸੀ ਗੱਜਣ ਸਿੰਘ ਦੀ ਆਤਮਿਕ ਸ਼ਾਂਤੀ ਲਈ ਅਤੇ ਉਹਨਾਂ ਦੀ ਅੰਤਮ ਅਰਦਾਸ ਲਈ ਸ੍ਰੀ ਸਾਹਿਬ ਪਾਠ ਦੇ ਭੋਗ 12 ਵਜੇ ਪਾਏ ਜਾਣਗੇ ਅਤੇ ਪਰਿਵਾਰ ਵੱਲੋਂ ਗੁਰੂ ਕੇ ਲੰਗਰ ਦੀ ਸੇਵਾ ਹੋਵੇਗੀ 26 ਜੁਲਾਈ ਦਿਨ ਸ਼ੁੱਕਰਵਾਰ ਨੂੰ ਸਵਰਗਵਾਸੀ ਅਮਰ ਸਿੰਘ ਅਨਸ਼ਾਰਾ ਪਨੂਆ ਦੀ ਆਤਮਿਕ ਸ਼ਾਂਤੀ ਲਈ ਅਤੇ ਅੰਤਮ ਅਰਦਾਸ ਲਈ ਸ੍ਰੀ ਸਾਹਿਬ ਸਹਿਜ ਪਾਠ ਦੇ ਭੋਗ 12:30 ਵਜੇ ਪਾਏ ਜਾਣਗੇ 26 ਜੁਲਾਈ ਦਿਨ ਸ਼ੁੱਕਰਵਾਰ ਨੂੰ ਰਿਤਿਕਾ ਹਮਲਾਨੀ ਵੱਲੋਂ ਪੂਰੇ ਦਿਨ ਲਈ ਦੇਖ ਦੀ ਸੇਵਾ ਹੋਵੇਗੀ 27 ਜੁਲਾਈ ਦਿਨ ਸਨੀਚਰਵਾਰ ਨੂੰ ਹਰਪ੍ਰੀਤ ਸਿੰਘ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਦੇ ਜਾਪ ਸਵੇਰੇ 11 ਵਜੇ ਹੋਣਗੇ ਅਤੇ ਪਰਿਵਾਰ ਵੱਲੋਂ ਗੁਰੂ ਕੇ ਲੰਗਰ ਦੀ ਸੇਵਾ ਹੋਵੇਗੀ। 27 ਜੁਲਾਈ ਦਿਨ ਛਿਨਚਰਵਾਰ ਨੂੰ ਸਵਰਗਵਾਸੀ ਕਰਮ ਸਿੰਘ ਦੀ ਆਤਮਿਕ ਸ਼ਾਂਤੀ ਲਈ ਸ਼੍ਰੀ ਸੁਖਮਨੀ ਸਾਹਿਬ ਦੇ ਜਾਪ 2 ਵਜੇ ਆਰੰਭ ਹੋਣਗੇ ਅਤੇ ਪਰਿਵਾਰ ਵੱਲੋਂ ਗੁਰੂ ਕੇ ਲੰਗਰ ਦੀ ਸੇਵਾ ਹੋਵੇਗੀ। 27 ਜੁਲਾਈ ਦਿਨ ਛਿਨਚਰਵਾਰ ਨੂੰ ਸਵਰਗਵਾਸੀ ਸ਼ੰਗਾਰਾ ਸਿੰਘ ਅਤੇ ਕਲਦੀਪ ਕੌਰ ਦੇ ਨਮਿਤ ਸ਼੍ਰੀ ਸਾਹਿਬ ਪਾਠ ਸ਼ਾਮ 4 ਵਜੇ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ 3 ਅਗਸਤ ਨੂੰ 12 ਵਜੇ ਪਾਏ ਜਾਣਗੇ। 27 ਜੁਲਾਈ ਦਿਨ ਸਨੀਚਰਵਾਰ ਨੂੰ ਮਦੁਰ ਅਗਰਵਾਲ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪੂਰੇ ਦਿਨ ਲਈ ਦੇਗਦੀ ਸੇਵਾ ਹੋਵੇਗੀ 28 ਜੁਲਾਈ ਦਿਨ ਐਤਵਾਰ ਨੂੰ ਮਾਤਾ ਮਨਜੀਤ ਕੌਰ ਵੱਲੋਂ ਪੂਰੇ ਦਿਨ ਲਈ ਦੇਗਦੀ ਸੇਵਾ ਹੋਵੇਗੀ 28 ਜੁਲਾਈ ਦਿਨ ਐਤਵਾਰ ਨੂੰ ਬੱਚੀ ਕਾਵਿਆ ਵੱਲੋਂ ਪੂਰੇ ਦਿਨ ਲਈ ਗੁਰੂ ਕੇ ਲੰਗਰ ਦੀ ਸੇਵਾ ਹੋਵੇਗੀ 28 ਜੁਲਾਈ ਦਿਨ ਐਤਵਾਰ ਨੂੰ ਸਮੂਹ ਸੇਵਾਦਾਰਾਂ ਵੱਲੋਂ ਸ਼ਬੀਲ ਦੀ ਸੇਵਾ ਹੋਵੇਗੀ 28 ਜੁਲਾਈ ਦਿਨ ਐਤਵਾਰ ਨੂੰ ਭਾਈ ਗਰਚਰਨ ਸਿੰਘ ਪੁੱਤਰ ਵੱਲੋਂ ਸ੍ਰੀ ਸ਼ਹਿਜ ਪਾਠ ਦੇ ਪੋਸ ਸਵੇਰੇ 8 ਵਜੇ ਪਾਏ ਜਾਣਗੇ ਸੋ ਇਹ ਸਨ ਆਉਣ ਵਾਲੇ ਹਫਤੇ ਦੇ ਪ੍ਰੋਗਰਾਮ ਸੋ ਦਾਸ ਫੇਰ ਇੱਕ ਵਾਰੀ ਫੇਰ ਬੇਤੀ ਕਰੇ ਕਿ ਬੱਚਿਆਂ ਨੂੰ ਛੁੱਟੀਆਂ ਹਨ ਗੁਰਮਤ ਕਲਾਸਾਂ ਤਬਲਾ ਹਰਮੋਨੀਅਮ ਗਤਗਾ ਸਾਰੀਆਂ ਜਿੰਨੀਆਂ ਵੀ ਐਕਟੀਵਿਟੀਆਂ ਹਨ ਗੁਰੂ ਘਰ ਹੋ ਰਹੀਆਂ ਹਨ ਸੋ ਵੱਧ ਤੋਂ ਵੱਧ ਬੱਚਿਆਂ ਨੂੰ ਗੁਰੂ ਘਰ ਲੈ ਕੇ ਆਓ ਬਲਾਉ ਫਤੇ ਪਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ